ਪੰਜਾਬੀ ਹੋ, ਲੇਕਿਨ ਫਰਕ ਤਾਂ ਕੋਈ ਨਹੀਂ। ਦੇਖਣਾ ਤਾਂ ਜ਼ਿਕਰ ਵਾਲੇ ਪਾਸੇ ਕਿ ਜ਼ਿਕਰ ਕੈਸਾ ਪਿਆਰਾ ਹੈ। ਇਹ ਪੰਜਾਬੀ ਅਤੇ ਉਰਦੂ 'ਤੇ ਤਾਂ ਨਹੀਂ ਨਾ ਕਿਬਲਾ, ਅਤੇ ਮੈਂ ਆਪਣਾ ਤੁਹਾਨੂੰ ਤਾਰਫ ਦੱਸਾ ਦੇਵਾਂ। ਜ਼ਾਕਿਰ ਅਕਰਮ ਹੁਸੈਨ ਝੰਡੀਰ ਆਫ ਅਲੀਪੁਰ ਮੁਜ਼ੱਫਰਗੜ੍ਹ, ਝੰਡੀਰ ਕੌਮ ਦਾ ਫਰਾਦਾ, ਉਸਤਾਦ ਅਲ ਜ਼ਾਕਿਰੀਨ, ਉਸਤਾਦ ਅਲ ਮੁਹਤਰਮ ਨਵੀ ਬਖਸ਼ ਜੋਇਆ ਸਾਹਿਬ, ਮੈਂ ਉਹਨਾਂ ਦਾ ਸ਼ਾਗਿਰਦ ਹਾਂ। ਅਤੇ ਜਿਹੜਾ ਟਾਈਮ ਮਿਲੇ, ਮੈਂ ਕੋਸ਼ਿਸ਼ ਕਰੇ ਸਾਂ ਕਿ ਉਸ ਟਾਈਮ ਤੋਂ 2 ਮਿੰਟ ਪਹਿਲੇ ਛੋੜੇ ਸਾਂ। ਹੁਣ ਮੇਰਾ ਹੱਕ ਬਣਦੇ, ਸ਼ੁਰੂ ਕਰਾਂ ਮਜਲਿਸ। ਅੱਲਾ ਭਾਵੇਂ ਤੁਸੀਂ ਜੀਵੋ। ਆਖੋ ਤਾਂ ਜਨਾਬ ਤੂੰ ਠੀਕ ਹੈ ਬਾਰ ਕੈਫ ਮੌਲਾ, ਇਹ ਤੁਹਾਡਾ ਟੁਰ ਆਇਆ ਮਨਜ਼ੂਰੋ ਮਕਬੂਲ ਫਰਮਾਵੇ। ਬਾਣੀ ਦਾ ਖਰਚ ਅਖਰਾਜਾਤ ਨਜ਼ਰ ਨਿਆਜ਼ ਜ਼ਾਕਰਾ ਉਲਮਾਵਾਂ ਦਾ ਪੜ੍ਹਿਆ, ਮੈਂ ਹਕੀਰ ਦੀ ਮੁਖਤਸਰ ਨੌਕਰੀ ਮਾਲਕ ਆਪਣੀ ਬਾਰਗਾਹ ਵਿੱਚ ਮਨਜ਼ੂਰੋ ਮਕਬੂਲ। ਅੱਲਾ ਭਾਵੇਂ ਤੁਸੀਂ ਜੀਵੋ। ਮੈਂ ਆਦਾ ਇਹ ਦਰਬਾਰ ਸੱਚਾ ਕਰਾਂ ਗਲੀ ਸੱਚੀਆਂ, ਤੂੰ ਬੁਰਾ ਮਨਾਵੇ, ਇਹ ਮੈਡਾ ਕਸੂਰੇ ਤਮਦਨ ਤਹਿਜ਼ੀਬ ਦੀ ਖੇਤੀ ਉੱਤੇ। ਜਿੰਦੇ ਰਹੋ ਜਿੰਦੇ ਰਹੋ। ਤਮਦਨ ਤਹਿਜ਼ੀਬ ਦੀ ਖੇਤੀ ਉੱਤੇ ਝਗੜਾ ਵਸਾਵੇਂ, ਇਹ ਮੈਦਾ ਕਸੂਰੇ ਮੁਨਸਿਫ ਸਡਾਵੇਂ ਤੇ ਇਨਸਾਫ ਉੱਤੇ। ਚਾ ਖੰਜਰ ਚਲਾਵੇਂ, ਇਹ ਮੈਦਾ ਕਸੂਰੇ ਐਲੀ ਨਾਲ ਸੱਕੇ, ਫਿਰਾ ਕੋਈ ਨੀ ਰਲਦੇ ਤੂੰ ਹੁੰਡੇ ਰਲਾਵੇਂ, ਇਹ ਮੈਦਾ ਕਸੂਰੇ। ਆਬਾਦ ਜ਼ਿੰਦਾ ਸਲਾਮ, ਜਿੰਦੇ ਰਹੋ ਜਿੰਦੇ ਰਹੋ ਜਿੰਦੇ ਰਹੋ। ਇੱਕ ਹੋਰ ਗੱਲ, ਅੱਛਾ ਅੱਛਾ ਸਾਰੇ ਨਾ ਮੁੰਡੇ, ਇਹ ਦਰਬਾਰ ਸੱਚਾ, ਇਹ ਦਰਬਾਰ ਸੱਚਿਆਂ ਦਾ ਨਾ, ਇਹ ਦਰਬਾਰ ਸੱਚਾ ਕਰਾਂਗਾ ਲਈ ਸੱਚੀਆਂ, ਤੂੰ ਬੁਰਾ ਮਨਾਵੇਂ, ਇਹ ਮੇਰਾ ਕਸੂਰ ਹੈ ਤਮਦਨ ਤੇ ਤਹਿਜ਼ੀਬ ਦੀ ਖੇਤੀ ਉੱਤੇ। ਝਗੜਾ ਵਸਾਵੇਂ, ਇਹ ਮੈਦਾ ਕਸੂਰ ਹੈ ਮੁਨਸਿਫ ਸਡਾਵੇਂ ਤੇ ਇਨਸਾਫ ਉੱਤੇ। ਚਾ ਖੰਜਰ ਚਲਾਵੇਂ, ਇਹ ਮੈਦਾ ਕਸੂਰ ਹੈ ਅਲੀ ਨਾਲ ਸੱਕੇ, ਫਿਰਾ ਕੋਈ ਨਿਰਲ ਦੇ ਤੂੰ ਹੁੰਡੇ ਰਲਾਵੇਂ, ਇਹ ਮੈਦਾ ਕਸੂਰ ਹੈ। ਆਬਾਦ ਰਹੋ ਜ਼ਿੰਦਾ ਸਲਾਮਤ ਰਹੋ, ਜਿੰਦੇ ਰਹੋ ਜਿੰਦੇ ਰਹੋ ਜਿੰਦੇ ਰਹੋ, ਤੁਹਾਡੇ ਬੱਚੜੇ ਜੀ ਨੇ ਯਾਲੀ ਸਰਕਾਰ ਤਾਂ ਕੁਰੰਗ ਲਾਵੇ। ਬਣੇ ਜੋ ਮੁਸ਼ਕਿਲ ਤਾਂ ਕਿਵੇਂ ਬਚਣਾ ਹੈ, ਇਹ ਗੱਲ ਮੁਸ਼ਕਿਲ ਕੁਸ਼ਾ ਤੋਂ ਪੁੱਛ ਲੈ। ਬਣੇ ਜੋ ਮੁਸ਼ਕਿਲ ਤਾਂ ਕਿਵੇਂ ਬਚਣਾ ਹੈ, ਇਹ ਗੱਲ ਮੁਸ਼ਕਿਲ ਕੁਸ਼ਾ ਤੂੰ ਪੁੱਛ ਲੈ। ਅਲੀ ਦਾ ਰੁਤਬਾ ਮੱਕਿਆ ਦਾ ਸਾਵਾਂ, ਨਬੀ ਤੂੰ ਪੁੱਛ ਲੈ, ਖੁਦਾ ਤੂੰ ਪੁੱਛ ਲੈ। ਅਲੀ ਦਾ ਰੁਤਬਾ ਮੱਕਿਆ ਦਾ ਸਾਵਾਂ, ਨਬੀ ਤੂੰ ਪੁੱਛ ਲੈ, ਖੁਦਾ ਤੂੰ ਪੁੱਛ ਲੈ। ਵਿਲਾ ਅਲੀ ਦਾ ਕਿਆ ਮਜ਼ਾ ਹੈ, ਅਦਨ ਦੀ ਘੁਲਦੀ ਹਵਾ ਤੂੰ ਪੁੱਛ ਲੈ, ਤੇ ਬੁਗਜ਼ ਹੈਦਰ ਦੀ ਕਿਆ ਸਜ਼ਾ ਹੈ, ਇਹ ਗੱਲ ਜਰਨਲ ਜ਼ਿਆ ਤੂੰ ਪੁੱਛ ਲੈ। ਆਬਾਦ ਜ਼ਿੰਦਾ ਸਲਾਮਤ ਰਹੋ, ਜਿੰਦੇ ਰਹੋ ਜਿੰਦੇ ਰਹੋ, ਤੁਸੀਂ ਜਿੰਦੇ ਰਹੋ। ਹੁਣ ਨੌਕਰੀ ਦੇਵਾਂ ਖਲੂਸ ਨਾਲ, ਕਿਉਂਕਿ ਮੇਰਾ ਟਾਈਮ ਵੀ ਨਾ ਚਲਾ ਜਾਵੇ। ਹਾਂ ਬਣੇ ਜੋ ਮੁਸ਼ਕਿਲ ਤਾਂ ਕਿਵੇਂ ਬਚਣਾ ਹੈ, ਇਹ ਗੱਲ ਮੁਸ਼ਕਿਲ ਕੁਸ਼ਾ ਤੂੰ ਪੁੱਛ ਲੈ। ਅਲੀ ਦਾ ਰੁਤਬਾ ਮੈਂ ਕਿਆ ਦੱਸਾਵਾਂ, ਨਬੀ ਤੂੰ ਪੁੱਛ ਲੈ, ਖੁਦਾ ਤੂੰ ਪੁੱਛ ਲੈ। ਵਿਲਾ ਅਲੀ ਦਾ ਕਿਆ ਮਜ਼ਾ ਹੈ, ਅਦਨ ਦੀ ਖੁਲਦੀ ਹਵਾ ਤੂੰ ਪੁੱਛ ਲੈ, ਤੇ ਬੁਗਜ਼ ਹੈਦਰ ਦੀ ਕਿਆ ਸਜ਼ਾ ਹੈ, ਇਹ ਗੱਲ ਜਰਨਲ ਜ਼ਿਆ ਤੂੰ ਪੁੱਛ ਲੈ। ਆਬਾਦ ਰਹੋ ਜ਼ਿੰਦਾ ਸਲਾਮਤ ਰਹੋ, ਜਿੰਦੇ ਰਹੋ। ਕਹੀਂ ਨਾਮ ਨ ਥਾ ਜਬ ਸੇ ਅਲੀ ਹੈ, ਆਦਮ ਕਾ ਕਹੀਂ ਨਾਮ ਨ ਥਾ ਜਬ ਸੇ ਅਲੀ ਹੈ, ਇਸ ਨਾਮ ਕੀ ਤਸਬੀਹ ਤੋ ਫਰਿਸ਼ਤੋਂ ਨੇ ਪੜ੍ਹੀ ਹੈ। ਜਿਬਰਾਇਲ ਕਾ ਉਸਤਾਦ ਹੈ ਯੇ ਅੱਲਾਹ ਕਾ ਵਲੀ, ਯੇ ਦਸਤਾਰੇ ਕੌਨੈਨ ਕਾ ਫਰਦ ਅਜ਼ਲੀ ਹੈ। ਜਿਸ ਵਕਤ ਖੁਦਾ ਨੇ ਯੇ ਜਹਾਂ ਖਲਕ ਕੀਆ ਥਾ,
اس وقت یہی مشورہ حیدر سے لیا تھا. آباد رہو, زندہ و سلامت رہو, جیندے رہو, جیندے رہو. ایک سونی سلوات پڑھ لو میری صفی حسین دی. اعوذ باللہ من الشیطان اللین الرجیم, بسم اللہ الرحمن الرحیم, الحمد للہ رب العالمین والعاقبۃ للمتقین وجنۃ للمومنین والنار المشرکین والمنافقین. الصلاۃ والسلام علی من کان نبیاں آدم بین الماء والتین. سونی سلوات. خطبہ ختم جو پڑھ چکا. ایک گل یاد رکھو, میں مسافر ہاں, میں تہاڈے حق دعا کر کے سٹے چھڑ جانی ہے. ایک گل یاد رکھو, جو ذمے لائیے وے یہ میں پوری کرے ساں, لیکن ایک سید مسکین نے میرے ذمے دعا لائیے کہ ایک فرمائش کیتی اس کہ اج غازی دی چپ سنا. کیا آکھو تا سناوا جی لے رہا. کوئی بندہ آکھ سکتے کہ غازی دی جنگ سنا, میں کیویں آکھا جو غازی جنگ کیتی ہے, بھین بھراواں دی چپ کھا گئی ہے. ہن میں سننا نہیں, نو لکھ فوج توں لہندا غازی. بابے وا بابے وا بابے وا پتہ نو کھارا. نہیں نو لکھ فوج توں لہندا غازی, تے ایک چپ شبیر دکھا گئی اندیا لتھیاں کل کائنات دے وچ سادات دے مان مکا گئی. او اندی بطری سال دی کل محنت بس اون ویلے مل پا گئی, کیڑے ویلے اجو سین رکیا. توں پہلے ایندی لاش تے زینب. ہائے 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 ہائے. ہن اگا سننا, تیرا بشیر مدینے منا دی دتی ہے کہ مدینے دے سردار والا ہے. اس ویلے عباس دی اماں ٹردی ٹردی قریب آئی ہے, پوچھنا کیتے منا دی والا جوان منا دی تیں کی دیے. آدھے ہاں بی بی منا دی میں کیتی ہے تایا کہ جو زینب والی. ہاں بی بی ایو اعلان میں کیتے. اچھا ایڈا ساں میرے غازی تو خیر ہے. سوال کیتے بشیر نے, سوال کیتے ہیں بی بی غازی تے دا سکا پتر اس واسطے غازی دا پوچھائی. نہیں میری سین دی آواز نے پوچھا اس واسطے میرے غازی تو خیر توت میرے حسین تو خیر. آہا آہا جی, میں اس واسطے غازی تو پوچھئے جو میرے غازی تو خیر ہے, میں وقت میرے حسین تو خیر ہے. بی بی ات گل رویندی ہے, عباس تا ہاتھ ملیندہ ٹر گئے, بہن براواں دی چپ کھا گئی. اچھا اے دساں کربلا دے میدان وچ مارن والے کتنا ہیں, سوار کتنا ہیں, ہتھیار کتنا ہیں. اس ویلے بشیر آخری جواب دیتے, بشیر دی آواز نے بی بی نو لکھ مارن والا. میری سین دی آواز نے عبداللہ بن تو تا نو لکھ پیا دے, 18 لکھ ہویا میرا غازی زین تو لاندا ہے. آہا واہ بھائی واہ, واہ بھائی واہ, متی میرا غازی زین تو نہ لاندا. اچھا اے دساں بہن بھراواں دی چپ کھا گئی ہے. ہاں بی بی ہاتھ ملیندا ٹر گئے. اچھا
ਕੋਈ ਹਾਲ ਸੁਣਾ ਵਿਰਾਮੇ ਦੇ ਬਾਅਦ ਜ਼ੈਨਬ ਦੀ ਕਿਵੇਂ ਗੁਜ਼ਰੀ ਹੈ ਬੀਬੀ ਨਾ ਅੱਖਾਂ ਹੋਵੇ ਨਾ ਨਾ ਕੰਨ ਹੋਵੇ ਨਾ ਸੁਣਾ ਹਾ ਨਾ ਦੇਖਾਂ ਜਿਹੜੇ ਆਦਰੀ ਬਾਵੀ ਦੀਆਂ ਬੇੜੀ ਆ ਗਈ ਉਸ ਵੇਲੇ ਬੀਬੀ ਖੜੀ ਨਹੀਂ ਜੋ ਪੱਥਰ ਹੀ ਜਲੈਂਦੀ ਰਹੀਏ ਤੇ ਬਾਗੀ ਦੀ ਭੇਣੀ ਸੜੀਂਦੀ ਰਹੀਏ ਖੜੀ ਨਹੀਂ ਊ ਜਾ ਤੇ ਆਈਏ ਜਿੱਥ ਮੁਹੰਮਦ ਦੀ ਧੀ ਦੀ ਕਬਰ ਆਈ ਸਲਾਮ ਕਰਕੇ ਆ ਦੇ ਹੁਸੈਨ ਦੀ ਅੰਮਾ ਨੁਕਰਾਣੀ ਦਾ ਸਲਾਮ ਹੋਈ ਕਬਰ ਦੇ ਵਿੱਚ ਆਵਾਜ਼ ਆਈਏ ਅਲੈਕਾ ਸਲਾਮ ਗਾਜ਼ੀ ਦੀ ਅੰਮਾ ਮੇਰੇ ਸਲਾਮ ਹੋਈ ਮੇਰੀ ਸੈਨ ਰੋ ਕੇ ਆ ਦੇ ਸੈਨ ਮੈਂ ਤੇਰੀ ਬਾਨੀ ਆ ਅੱਜ ਤੋਂ ਬਾਅਦ ਮੇਕੂ ਗਾਜ਼ੀ ਦੀ ਮਾਂ ਨਾ ਆਖੇ ਕਿਉਂ ਸੈਣ ਉਸ ਵੇਲੇ ਜਨਾਬੇ ਉਮਲ ਬਣੀ ਬੈਠੀ ਨਹੀਂ ਸਮ ਗਈ ਕਬਰ ਦੇ ਨਾਲ ਰੋ ਕੇ ਆ ਦੀਏ ਬੀਬੀ ਇਸ ਵਾਸਤੇ ਪਿਆ ਦੀਆਂ ਉਹ ਮੈਂ ਨਾਲ ਹੁਸੈਨ ਦੇ ਟੋਰੀਆ ਤੇ ਅੱਬਾਸ ਕੁ ਕਸਮ ਚਵਾ ਕੇ ਲੁੱਟੇ ਕੋਈ ਨਾ ਚਾਦਰ ਵਾਹ ਬਈ ਵਾਹ ਵਾਹ ਬਈ ਵਾਹ ਵਾਹ ਬਈ ਵਾਹ ਜੀ ਯਾਰ ਮੈਂ ਨੌਕਰ ਹਾਂ ਓ ਮੈਂ ਨਾਲ ਹੁਸੈਨ ਦੇ ਟੋਰੀਆ ਜੀ ਬਾਬਾ ਜੀ ਯਾਰ ਮੈਂ ਨੌਕਰ ਹਾਂ ਮੈਂ ਤਾਂ ਨੌਕਰ ਹਾਂ ਜੀ 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 ਓ ਮੈਂ ਨਾਲ ਹੁਸੈਨ ਦੇ ਟੋਰੀਆ ਤੇ ਅੱਬਾਸ ਕੁ ਕਸਮ ਚਵਾ ਕੇ ਲੁੱਟ ਕੋਈ ਨਾ ਚਾਦਰ ਓ ਜ਼ੈਨਬ ਦੇ ਇੰਦੀ ਜ਼ਿੰਦਗੀ ਦੇ ਵਿੱਚ ਆ ਕੇ ਬੀਬੀ ਗੱਲ ਤਾਂ ਇਹ ਰੁਵੇਂਦੀ ਏ ਮੈਂ ਸੋਹਣਿਆ ਯਾਰ ਰਹੀਏ ਪੱਥਰ ਜਲੇਂਦੀ ਹਾਏ 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 ਬੀਬੀ ਗੱਲ ਤਾਂ ਇਹ ਰੁਵੇਂਦੀ ਏ ਮੈਂ ਸੋਹਣਿਆ ਯਾਰ ਰਹੀਏ ਪੱਥਰ ਜਲੇਂਦੀ ਉਹਦੀ ਜ਼ਿੰਦਗੀ ਦੇ ਵਿੱਚ ਆ ਕੇ ਕਿਵੇਂ ਮੱਥੇ ਲੱਗਦਾ ਉਹ ਜ਼ੈਨਬ ਦੇ ਤੇਰੀ ਧੀ ਦੇ ਕੋਲੂ ਅੱਲਾ ਤੁਹਾਨੂੰ ਜਿੰਨਾ ਸਲਾਮਤ ਰੱਖੇ ਜੀ ਮੈਨੂੰ ਘਰ ਹੱਥ ਨਾ ਜਵਾਨ ਮਾਣੇ ਜੀ ਉਹ ਮੈਂ ਨਾਲ ਹੁਸੈਨ ਦੇ ਟੋਰੀਆ ਅੱਬਾਸ ਕੁ ਕਸਮ ਚਲਾ ਕੇ ਲੁੱਟ ਕੋਈ ਨਾ ਚਾਦਰ